ਨਕੋਦਰ ਦੇ ਵਿੱਚ ਗਰਮੀ ਦਾ ਪੂਰਾ ਕਹਿਰ ਵਰਸ ਰਿਹਾ ਹੈ। ਇਸ ਵੇਲੇ 47 ਡਿਗਰੀ ਦੇ ਕਰੀਬ ਜਿਹੜਾ ਹੈਗਾ ਤਾਪਮਾਨ ਚੜ੍ਹਿਆ ਹੋਇਆ ਹੈ ਅਤੇ ਇੱਥੇ ਲੋਕ ਜਿਹੜੇ ਹੈਗੇ ਆ ਕੰਜਵੀ ਦਾ ਗਲਾਸ ਪੀ ਕੇ ਆਪਣੀ ਜਿਹੜੀ ਹੈਗੀ ਆ ਗਰਮੀ ਨੂੰ ਸ਼ਾਂਤ ਕਰ ਰਹੇ ਨੇ। ਅਤੇ ਇਸ ਵੇਲੇ ਸਾਡੇ ਨਾਲ ਨੇ ਕੁਝ ਲੋਕ ਜਿਨ੍ਹਾਂ ਨਾਲ ਅਸੀਂ ਗੱਲ ਕਰਾਂਗੇ ਕਿ ਉਹ ਇਸ ਬਾਰੇ ਕੀ ਕਹਿਣਾ ਚਾਹੁੰਦੇ ਹਨ। ਭਾਅ ਜੀ ਕੀ ਨਾਮ ਜੀ ਆਪਣਾ? ਹੈਪੀ ਸਿੰਘ। ਹੈਪੀ ਸਿੰਘ ਜੀ ਕੀ ਕਹਿਣਾ ਚਾਹੁੰਦੇ ਆ, ਅੱਜ ਗਰਮੀ ਬਹੁਤ ਆ? ਹਾਂਜੀ ਬਹੁਤ ਆ ਜੀ। ਅੱਛਾ, ਤੇ ਗਰਮੀ ਤੋਂ ਬਚਣ ਵਾਸਤੇ ਕੀ ਕਰਦੇ ਆ? ਕੁਛ ਵੀ ਨਹੀਂ, ਨਿੰਬੂ ਪਾਣੀ ਪੀਂਦੇ ਆ। ਅੱਛਾ, ਪਾਣੀ ਪੀ ਰਹੇ ਆ। ਹਾਂਜੀ, ਤੇ ਹੋਰ ਜਿਹੜੇ ਲੋਕ ਹੈਗੇ ਉਹਨਾਂ ਨੂੰ ਗਰਮੀ ਲੱਗ ਰਹੀ ਉਹ ਕੀ ਕਹਿ, ਉਹਨਾਂ ਨੂੰ ਕੀ ਕਹੋਗੇ? ਕੁਛ ਵੀ ਨਹੀਂ, ਨਿੰਬੂ ਪਾਣੀ ਪੀਓ, ਠੰਡੀਆਂ ਚੀਜ਼ਾਂ ਖਾਓ ਬਸ। ਅੱਛਾ, ਹਾਂਜੀ ਇੱਧਰ ਆ। ਸਾਡੇ ਨਾਲ ਨੇ ਕੁਝ ਲੋਕ ਜਿਹੜੇ ਗਰਮੀ ਦੇ ਵਿੱਚ ਜਿਹੜਾ ਹੈਗਾ ਠੰਡਾ ਪਾਣੀ ਪੀ ਕੇ ਆਪਣੀ ਗਰਮੀ ਨੂੰ ਸ਼ਾਂਤ ਕਰ ਰਹੇ ਨੇ। ਹਾਂਜੀ ਭੈਣ ਜੀ, ਤੁਹਾਡਾ ਨਾਮ? ਨਿਸ਼ਾ। ਤੁਸੀਂ ਗਰਮੀ ਬਾਰੇ ਕੀ ਕਹਿਣਾ ਚਾਹੁੰਦੇ ਆ? ਗਰਮੀ ਤਾਂ ਬਹੁਤ ਪੈ ਰਹੀ ਹੈ। ਅੱਛਾ ਜੀ। ਹਾਂਜੀ, ਗਰਮੀ ਤੋਂ ਬਚਣ ਵਾਸਤੇ ਕੋਈ ਉਪਾਅ? ਠੰਡਾ ਪਾਣੀ। ਅੱਛਾ ਜੀ। ਹਾਂਜੀ, ਮੀਂਹ ਦੀ ਲੋੜ ਆ। ਹਾਂਜੀ, ਤੁਸੀਂ ਕੀ ਅਰਦਾਸ ਕਰਦੇ? ਰੱਬ ਕੋ ਅਰਦਾਸ ਕਰਦੇ ਕਿ ਗਰਮੀ ਥੋੜੀ ਜਿਹੀ ਘੱਟ ਜਾਵੇ। ਅੱਛਾ ਜੀ। ਤੇ ਮੀਂਹ ਪੈ ਜਾਵੇ। ਹਾਂਜੀ। ਕਿਹੜੀ ਜਗ੍ਹਾ ਤੋਂ ਆਏ ਤੁਸੀਂ? ਅਸੀਂ ਮੇੜੂ ਤੋਂ। ਕੁਮਾਰ ਗੁਪਤਾ। ਕਿਹੜੀ ਜਗ੍ਹਾ ਤੋਂ ਆਏ ਆ? ਨਕੋਦਰ ਇਨਕਲੇਵ। ਅੱਛਾ, ਨਕੋਦਰ ਦੇ ਰਹਿਣ ਵਾਲੇ ਆ ਜੀ। ਸਰ, ਅੱਜ ਬਹੁਤ ਗਰਮੀ ਪੈ ਰਹੀ ਹੈ, ਇਸ ਬਾਰੇ ਕੀ ਕਹਿਣਾ ਚਾਹੁੰਦੇ ਆ? ਸਭ ਕੁਦਰਤ ਦਾ ਖੇਡ ਹੈ, ਆਪਾਂ ਕੁਛ ਨਹੀਂ ਕਰ ਸਕਦੇ ਉਹਦੇ ਵਿੱਚ। ਬਸ ਪ੍ਰਾਰਥਨਾ ਕਰ ਸਕਦੇ ਹਾਂ ਕਿ ਵੀ ਸਾਰਿਆਂ ਨੂੰ ਰਾਹਤ ਮਿਲੇ, ਪਸ਼ੂ ਪਕਸ਼ੀ ਮਨੁੱਖ ਸਾਰਿਆਂ ਨੂੰ। ਜਿਹੜੇ ਪੰਛੀ ਹੈਗੇ ਉਹਨਾਂ ਵਾਸਤੇ ਕੀ ਕਰਨਾ ਚਾਹੀਦਾ? ਮੈਂ ਬਾਜਰਾ ਲੈ ਕੇ ਆਇਆ ਅਤੇ ਆਪਣੇ ਡੇ ਸਾਡਾ ਰੂਟੀਨ ਹੈ ਅਸੀਂ ਉਹਦੇ ਵਿੱਚ ਕਬੂਤਰਾਂ ਨੂੰ ਪਾਣੀ ਰੱਖਿਆ, ਬਾਹਰ ਘਰ ਦੇ ਬਰਤਨ ਰੱਖਿਆ ਉਹਦੇ ਵਿੱਚ ਪਾਣੀ ਰੱਖਿਆ, ਜਿਹੜੇ ਖੁੱਲ੍ਹੇ ਪਸ਼ੂ ਹੈਗੇ ਉਹਨਾਂ ਵਾਸਤੇ। ਜਿੰਨਾ ਸਾਡੇ ਤੋਂ ਆਪਣੇ ਲੈਵਲ 'ਤੇ ਕਰ ਸਕਦੇ ਹਾਂ ਅਸੀਂ ਉਨਾ ਹੀ ਮਦਦ ਕਰ ਰਹੇ ਹਾਂ। ਅਤੇ ਗਰਮੀ ਤੋਂ ਬਚਣ ਵਾਸਤੇ ਕੀ ਕਰਨਾ ਚਾਹੀਦਾ ਸਾਨੂੰ? ਆਓ ਸਰ, ਇੱਕ ਇੱਕ ਗਲਾਸ ਹੋ ਜਾਵੇ। ਗਰਮੀ ਤੋਂ ਬਚਣ ਵਾਸਤੇ ਕੀ ਸਰ? ਇੱਕ ਇੱਕ ਨਾਲ ਨੂੰ ਪਿਲਾ ਦਿਓ ਜੀ। ਕੋਈ ਨਹੀਂ, ਕਰਦੇ ਜੀ ਸਰ। ਕਰਨਾ ਚਾਹੀਦਾ ਵੈਸੇ? ਬਸ ਧੁੱਪ ਦੇ ਵਿੱਚ ਜ਼ਿਆਦਾ ਨਾ ਨਿਕਲੋ, ਠੰਡਾ ਪੀਓ ਅਤੇ ਮਸਤ ਰਹੋ। ਕਿਆ